ਚੀਫ ਵਿਕਾਰ ਸੀ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਤੇ ਨਰਸਿੰਘ ਭੱਟੀ ਸਾਹਿਬ ਨੇ ਫਰਮਾਇਆ ਤੇ ਜਿਹੜੀ ਮਹਿਫਲ ਦੇ ਵਿੱਚ ਆਲੇ ਮੁਹੰਮਦ ਦਾ ਜ਼ਿਕਰ ਨਾ ਹੋਵੇ ਤੇ ਉਹ ਮਹਿਫਲ ਨਹੀਂ ਹੁੰਦੀ। ਇਸ ਵਾਸਤੇ ਮੈਂ ਤੁਹਾਡੀ ਖਿਦਮਤ ਵਿੱਚ ਅਨੈਰ ਸਿੰਘ ਭੱਟੀ ਸਾਹਿਬ ਦਾ ਕਸੀਦਾ ਪੇਸ਼ ਕਰਨ ਲੱਗਾ। ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ ਮਸ਼ੂਕ ਹੈ ਨਬੀ ਰਸੂਲ ਮੀਆਂ ਉਹ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਤਿਹਾਈਏ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੀਏ ਐਵੇਂ ਕਿਉਂ ਡਰ ਡਰ ਕੇ ਮੱਥਾ ਪੰਨੀਏ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੀਏ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੀਏ ਐਵੇਂ ਕਿਉਂ ਡਰ ਡਰ ਕੇ ਮੱਥਾ ਪੰਨੀਏ ਕੋਈ ਮਿਲੇ ਤੇ ਮੁਰਸ਼ਦ ਮੰਨੀਏ
अली गया कोई मिले तो मुर्शिद मन लिए।